ਬੜੇ ਲੰਮੇ ਸਮੇਂ ਤੋਂ ਕੜਪਦੇ ਆ ਰਹੇ ਹਾਂ, ਬੜੇ ਲੰਮੇ ਸਮੇਂ ਤੋਂ ਇਹ ਸੁਚੇਤ ਕਰਦੇ ਆ ਰਹੇ ਹਾਂ, ਸਰਕਾਰਾਂ ਨੂੰ ਵੀ, ਪ੍ਰਸ਼ਾਸਨ ਨੂੰ ਵੀ, ਲੋਕਾਂ ਨੂੰ ਵੀ। ਅੱਜ ਅਸੀਂ ਬਠਿੰਡੇ, ਮੈਂ ਬਠਿੰਡੇ ਬੈਠਾ ਬੇਅੰਤ ਸਿੰਘ ਨਗਰ ਦੇ ਵਿੱਚ, ਜਿੱਥੇ ਆਪਣਾ ਸਮਾਜ, ਵਾਲਮੀਕਿ ਸਮਾਜ ਦੇ ਸਾਰੇ ਆ ਲੋਕ ਆ, ਭਾਈਚਾਰਾ ਬੈਠਾ ਮੇਰੇ ਆਲੇ ਦੁਆਲੇ, ਆ ਬੇਚਾਰੀਆਂ ਮਾਈਆਂ ਬੈਠੀਆਂ, ਬੀਬੀਆਂ ਬੈਠੀਆਂ, ਇਹਨਾਂ ਦਾ ਨੌਜਵਾਨ ਪੁੱਤ, ਇਹਨਾਂ ਦਾ ਨੌਜਵਾਨ ਪੁੱਤ 21-22 ਸਾਲ ਦਾ ਪਰਸੋਂ ਰਾਤ ਨੂੰ ਇੱਥੇ ਮਾਰਤਾ। ਦੋ ਜਾਣੇ ਇਹਨਾਂ ਦੇ ਮਰਨ ਵਾਲੇ ਪਏ ਆ, ICU 'ਚ ਪਏ ਆ, ਉਹ ਮਰਨਗੇ ਬਚਣਗੇ ਕੋਈ ਪਤਾ ਨਹੀਂ ਹੈ। ਤਿੰਨ ਜਣਾਂ ਨੂੰ ਬੁਰੀ ਤਰ੍ਹਾਂ ਵੱਢਿਆ ਇਹਨਾਂ ਨੇ, ਜਿਨ੍ਹਾਂ ਦੀ ਆਪਾਂ ਅਸੀਂ ਕੱਲ੍ਹ ਗੱਲ ਕਰਕੇ ਆਏ ਵੀ ਜੋ ਹਾਲਾਤ ਪੰਜਾਬ ਦੇ ਬਣ ਰਹੇ ਨੇ। ਸਰਕਾਰਾਂ ਤਾਂ ਕਹਿੰਦੀਆਂ ਕਿ ਅਸੀਂ ਬੋਲ ਕੇ ਲੋਕਾਂ ਨੂੰ ਭੜਕਾਉਣੇ ਆ, ਪਰ ਜਿਹੜੇ ਹਾਲਾਤ ਪੰਜਾਬ ਦੇ ਬਣ ਰਹੇ ਆ, ਉਹਨਾਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਆ, ਸਰਕਾਰ ਜ਼ਿੰਮੇਵਾਰ ਆ। ਮੈਂ ਬਠਿੰਡਾ ਪ੍ਰਸ਼ਾਸਨ ਨੂੰ ਸਵਾਲ ਕਰਨਾ ਚਾਹੁੰਦਾ, ਇੱਕ ਸਾਲ ਦੇ ਵਿੱਚ ਤੀਜਾ ਕਤਲ ਹੈ, ਇੱਥੇ ਤੀਜਾ ਕਤਲ। ਪ੍ਰਵਾਸੀ ਬੰਦੇ ਜਿਹੜੇ ਰਹਿੰਦੇ ਨੇ ਬੇਅੰਤ ਸਿੰਘ ਨਗਰ ਦੇ ਵਿੱਚ, ਉਹਨਾਂ ਵੱਲੋਂ ਤੀਜਾ ਕਤਲ ਹੈ। ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ, ਆਹੀ ਦਿਨਾਂ ਰਾਮਲੀਲਾ ਦੇ ਦਿਨਾਂ ਦੇ ਵਿੱਚ, ਦੁਸਹਿਰੇ ਦਿਨਾਂ ਦੇ ਵਿੱਚ ਕਾਕੂ ਮਾਰਿਆ ਮੁੰਡਾ ਵਾਲਮੀਕੀਆਂ ਦਾ। ਅੱਛਾ, ਫਿਰ ਨਿੰਜਾ ਸੀ ਮੁੰਡਾ, ਉਹ ਮਾਰਿਆ ਮਜ਼ਬੀ ਸਿੱਖਾਂ ਦਾ ਇੱਥੇ। ਉਹ ਦੋਨਾਂ ਕਾਤਲਾਂ ਦੇ ਜਿਹੜੇ ਬੰਦੇ ਕਾਤਲ ਸੀਗੇ, ਕਤਲ ਕਰਨ ਵਾਲੇ ਸੀਗੇ, ਹਲੇ ਤੱਕ ਬੰਦੇ ਟਰੇਸ ਨਹੀਂ ਹੋਏ। ਉਹ ਯੂਪੀ ਤੋਂ ਸੀ, ਉਹ ਬਿਹਾਰ ਤੋਂ ਸੀ, ਕੋਈ ਪਤਾ ਨਹੀਂ ਲੱਗ ਰਿਹਾ ਇੱਥੇ ਬੰਦੇ ਕਿੱਥੋਂ ਸੀਗੇ। ਤੇ ਆ ਇੱਕ ਸਾਲ ਤੀਜਾ ਕਤਲ ਆ ਬੇਅੰਤ ਸਿੰਘ ਨਗਰ ਦੇ ਵਿੱਚ, ਤੇ ਹੁਣ ਉਹ ਬੰਦੇ ਮਾਰ ਕੇ ਕਿੱਥੋਂ ਨੂੰ ਟੱਪ ਕੇ, ਕਿਹਦਾ ਕੋਈ ਪਤਾ ਨਹੀਂ, ਕੋਈ ਟਿਕਾਣਾ ਨਹੀਂ, ਕੋਈ ਘਰ ਦਾ ਨਹੀਂ ਪਤਾ, ਕੋਈ ਵਾਰ ਦਾ ਨਹੀਂ ਪਤਾ ਵੀ ਕਿੱਥੋਂ ਦੇ ਰਹਿਣ ਵਾਲੇ ਆ। ਦੇਖੋ ਪੰਜਾਬ ਦੇ ਹਾਲਾਤ ਕੀ ਬਣੀ ਜਾਂਦੇ, ਲਗਾਤਾਰ ਇਹ ਪਿੱਟ ਰਹੇ ਆ, ਸਮਝਾ ਰਹੇ ਆ ਵੀ ਸਰਕਾਰਾਂ ਨੂੰ ਨੱਥ ਪਾਉਣੀ ਚਾਹੀਦੀ ਆ, ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਆ। ਸ਼ਰੇਆਮ ਇਸ ਬੇਅੰਤ ਨਗਰ ਦੇ ਵਿੱਚ ਚਿੱਟਾ ਤੇ ਗਾਂਜਾ ਵੇਚ ਰਹੇ ਸੀ, ਆ ਨੌਜਵਾਨ ਬੈਠੇ ਆ, ਇਹਨਾਂ ਨੇ ਸਮਝਾਇਆ ਵੀ ਭਾਈ ਤੁਸੀਂ ਇੱਥੇ ਰਹਿੰਦੇ ਆ, ਬੁੜੀਆਂ ਕੁੜੀਆਂ ਸਾਡੀਆਂ ਪਰਿਵਾਰ ਸਾਰੇ ਰਹਿੰਦੇ ਆ, ਤੁਸੀਂ ਇੱਥੇ ਗਲੀਆਂ 'ਚ ਆ ਕੇ ਚਿੱਟਾ ਗਾਂਜਾ ਨਾ ਵੇਚੋ। ਇੰਨੀ ਗੱਲ ਨੂੰ ਲੈ ਕੇ ਤਕਰਾਰ ਹੋਈ, ਤੇ ਉਸ ਤੋਂ ਬਾਅਦ ਉਹਨਾਂ ਨੇ ਬੁਰੀ ਤਰ੍ਹਾਂ ਤਿੰਨ ਮੁੰਡਿਆਂ ਨੂੰ ਇੱਥੇ ਸਾਹਮਣੇ ਬੀਹੀ ਆ, ਇੱਥੇ ਲਿਜਾ ਕੇ ਬੁਰੀ ਤਰ੍ਹਾਂ ਤਿੰਨ ਜਣਿਆਂ ਨੂੰ ਉਹਨੇ ਵੱਢਿਆ, ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਸਾਹਿਲ ਮੁੰਡਾ ਵਾਲਮੀਕੀ ਸੀਗਾ, ਉਹਦੀ ਮੌਤ ਹੋ ਚੁੱਕੀ ਹੈ। ਦੋ ਮੁੰਡੇ ਵਾਲਮੀਕੀਆਂ ਦੇ ਜਿਹੜੇ ਵਿਚਾਰੇ, ਉਹ ਜ਼ਿੰਦਗੀ ਮੌਤ ਨਾਲ ਜੂਝ ਰਹੇ, ਉਹ ਮਰਨਗੇ ਪਤਾ ਨਹੀਂ ਬਚਣਗੇ। ਕਿੱਥੇ ਸੁੱਤੀ ਪਈ ਆ ਸਰਕਾਰ ਬਾਈ, ਕਿੱਥੇ ਸੁੱਤਾ ਪਿਆ ਪ੍ਰਸ਼ਾਸਨ? ਇੱਥੇ DSP ਦੇ ਘਰੇ ਚੋਰੀ ਹੁੰਦੀ ਹੈ ਤੇ ਬੰਦੇ ਹੱਥਾਂ ਨੂੰ ਫੜ ਲੈਂਦੇ ਆ, ਇੱਥੇ ਗਰੀਬ ਕੋਈ ਮਰਦਾ, ਇੱਥੇ ਕਤਲ ਹੁੰਦੇ ਆ ਬੰਦਿਆਂ ਦੇ, ਕੋਈ ਪਤਾ ਨਹੀਂ, ਕੋਈ ਟਿਕਾਣਾ ਨਹੀਂ। ਲਓ ਜੀ ਹੁਣ ਲਾਸ਼ ਮੁੰਡੇ ਦੀ ਪਈ ਆ ਹਸਪਤਾਲ ਦੇ ਵਿੱਚ, ਪੁਲਿਸ ਕਹਿੰਦੀ ਜੀ ਠੀਕ ਆ, ਕੋਈ ਗੱਲ ਨਹੀਂ ਜੀ, ਕਾਰਵਾਈ ਕਰ ਦਿਆਂਗੇ ਜੀ, ਮੁਕੱਦਮਾ ਦਰਜ ਕਰਤਾ। ਬੰਦੇ ਇੱਥੇ ਆਉਣਗੇ, ਨਿੰਜੇ ਦੇ ਕਾਤਲ ਤੇ ਹੈਗੇ, ਕਾਕੂ ਦੇ ਕਾਤਲ ਤੇ ਹੈਗੇ, ਜਿਹੜੇ ਬੰਦੇ ਇੱਥੇ ਆ ਕੇ ਵਸਦੇ ਆ ਉਹ ਸਹੀ ਟਿਕਾਣਾ ਦੱਸਦੇ ਆ, ਸਹੀ ਪਤਾ ਦੱਸਦੇ ਆ, ਉਧਰੋਂ ਕ੍ਰਾਈਮ ਕਰਕੇ ਆਉਂਦੇ ਆ, ਉਧਰੋਂ ਕਤਲ ਕਰਕੇ ਆਉਂਦੇ ਆ, ਕੋਈ ਲੁੱਟਾਂ ਗੋਹਾਂ ਕਰਕੇ ਆਉਂਦੇ, ਇੱਥੇ ਆ ਜਾਂਦੇ ਆ, ਇੱਥੋਂ ਕਰਕੇ ਉਧਰੋਂ ਟੱਪ ਜਾਂਦੇ ਆ, ਬੰਦੇ ਇੱਥੇ ਆਉਂਦੇ ਨਹੀਂ ਹੈਗੇ, ਫੜੇ ਨਹੀਂ ਜਾਂਦੇ। ਇਹ ਦਿਨੋਂ ਦਿਨ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ, ਪੰਜਾਬ ਦਾ ਮਾਹੌਲ ਵਿਗੜ ਰਿਹਾ, ਦਿਨੋਂ ਦਿਨ ਪੰਜਾਬੀਆਂ ਦੇ ਕਤਲ ਹੋ ਰਹੇ ਨੇ। ਇਹਦੇ ਬਾਰੇ ਕੋਈ ਸਰਕਾਰ ਕੋਈ ਧਿਆਨ ਦੇਊਗੀ? ਇੱਥੇ ਜੇ ਕੋਈ ਬੰਦਾ ਕਿਸੇ ਫੇਸਬੁੱਕ ਦੇ ਉੱਤੇ ਮਾੜਾ ਮੋਟਾ ਲਿਖ ਦਿੰਦਾ ਹੈ ਤੁਸੀਂ ਦੰਗੇ ਭੜਕਾਉਣ ਦਾ, ਉਹਦੇ ਉੱਤੇ ਪਰਚਾ ਦੇ ਦਿੰਦੇ ਹਾਂ, ਲੁਧਿਆਣੇ ਦਿੱਤਾ ਮਨੋਜ ਕੁਮਾਰ ਹੀ ਦੇ ਪੱਤਰਕਾਰ ਤੇ, ਇੱਥੇ ਕਤਲ ਹੁੰਦੇ ਆ ਬੰਦਿਆਂ ਦੇ, ਕਾਤਲ ਫੜੇ ਨਹੀਂ ਜਾਂਦੇ।
ਇਹਦਾ ਜ਼ਿੰਮੇਵਾਰ ਕੌਣ ਆ ਬਈ? ਬਠਿੰਡਾ SSP, ਇੱਥੋਂ ਦਾ SHO, ਇਹ ਜਿਹੜਾ ਪੈਂਦਾ ਥਾਣਾ ਸਿਵਲ ਲਾਈਨ, ਸਿਵਲ ਲਾਈਨ ਥਾਣੇ ਦਾ SHO ਜ਼ਿੰਮੇਵਾਰ ਆ, ਕੌਣ ਜ਼ਿੰਮੇਵਾਰ ਆ? ਇਹ ਤਿੰਨ ਕਤਲ ਹੋ ਗਏ ਭਰਾਵੋ ਬਠਿੰਡੇ, ਬਠਿੰਡੇ ਦੇ ਵਿੱਚ ਐਸੇ ਬੈਂਤ ਸਿੰਘ ਨਗਰ ਦੇ ਵਿੱਚ ਕੀਤੇ ਗਏ ਤਿੰਨੇ ਕਤਲ, ਜਿਹੜੇ ਬਾਹਰੋਂ ਆ ਕੇ ਇੱਥੇ ਵਸੇ ਹੋਏ ਨੇ ਉਹਨਾਂ ਵੱਲੋਂ ਕੀਤੇ ਗਏ, ਬੰਦੇ ਨਹੀਂ ਫੜੇ ਗਏ, ਉਹ ਦੋ ਚਾਰ ਫੜ ਵੀ ਲਏ ਹੋਣੇ ਆ। ਰਾਮਲੀਲਾ ਦੇ ਵਿੱਚ ਕਹਾੜੇ ਨਾਲ ਵੱਢਿਆ ਸੀ ਮੁੰਡਾ, ਕਹਾੜਿਆਂ ਨਾਲ ਵੱਢਿਆ ਸੀਗਾ, ਕੁਝ ਦੋ ਚਾਰ ਬੰਦੇ ਫੜਿਆ, ਬਾਕੀ ਪਤਾ ਨੀ ਬੰਦੇ ਹੈ ਕਿੱਥੋਂ ਦੇ ਆ, ਕੋਈ ਟਿਕਾਣੇ ਨੀ ਪਤਾ ਜਦੋਂ। ਸੋ ਅਸੀਂ, ਮੈਂ ਪਹਿਲੀ ਗੱਲ ਦਾ ਪੂਰੇ ਵਾਲਮੀਕ ਸਮਾਜ ਨੂੰ ਕਹਿਣਾ ਚਾਹੁੰਦਾ ਵੀ ਜਿੱਥੇ ਵਾਲਮੀਕ ਸਮਾਜ ਪੂਰੇ ਪੰਜਾਬ ਚ ਵੱਸਦਾ, ਤੁਸੀਂ ਪੂਰੇ ਪੰਜਾਬ ਚ ਬੈਠੇ ਹੋ, ਆਸੇ ਪਾਸੇ ਹੀ ਬੈਠੇ ਹੋ, ਤੁਹਾਡਾ ਫਰਜ਼ ਬਣਦਾ ਬਠਿੰਡੇ ਦੇ ਵਿੱਚ ਅੱਜ ਤੁਹਾਡੇ ਤੀਜੇ ਨੌਜਵਾਨ ਦਾ ਕਤਲ ਹੋਇਆ, ਤੁਹਾਨੂੰ ਨਾਲ ਆ ਕੇ ਖੜਨ ਦਾ ਤੁਹਾਡਾ ਫਰਜ਼ ਬਣਦਾ। ਕੱਲ ਨੂੰ ਕਿਸੇ ਨਾਲ ਵੀ ਇਹੋ ਜਿਹੀ ਘਟਨਾ ਪਰਮਾਤਮਾ ਨਾ ਕਰੇ ਵਾਪਰ ਸਕਦੀ ਹੈ, ਸਾਡਾ ਇਕੱਠਾ ਹੋਣ ਦਾ ਫਰਜ਼ ਆ ਵੀ ਜਿੱਥੇ ਕੋਈ ਇਹੋ ਜਿਹੀ ਮਾੜੀ ਅਨਸਖਾਵੀ ਘਟਨਾ ਵਾਪਰਦੀ ਹੈ ਸਾਨੂੰ ਉੱਥੇ ਪਹੁੰਚਣਾ ਚਾਹੀਦਾ। ਇਨਸਾਨੀਅਤ ਦਾ ਘਾਣ ਹੋਇਆ, ਇਨਸਾਨੀਅਤ ਦਾ ਕਤਲ ਹੋਇਆ, ਸਾਡੇ ਲਈ ਸਾਡਾ ਵਾਲਮੀਕ ਭਰਾ ਦਾ ਕਤਲ ਹੁੰਦਾ, ਸਾਡੇ ਲਈ ਕੋਈ ਹਿੰਦੂ ਦਾ ਕਤਲ ਹੁੰਦਾ, ਕਿਸੇ ਸਿੱਖ ਦਾ ਹੁੰਦਾ, ਮੁਸਲਮਾਨ ਦਾ ਹੁੰਦਾ, ਕਿਸੇ ਦਾ ਵੀ ਹੁੰਦਾ, ਕਤਲ ਕਤਲ ਹੀ ਆ। ਅਸੀਂ ਹਰ ਉਸ ਕਤਲ ਦੇ ਖਿਲਾਫ ਹਾਂ, ਡਟ ਕੇ ਉਹਦੇ ਵਿਰੋਧ ਚ ਹੈ, ਤੇ ਉਹਦੇ ਜਿਹੜੇ ਵੀ ਕਾਤਲ ਲੋਕ ਨੇ, ਜਿਹੜੀ ਮਰਜ਼ੀ ਧਿਰ ਨਾਲ ਹੋਣ, ਜਿਹੜੇ ਮਰਜ਼ੀ ਬੰਦੇ ਜ਼ਿੰਮੇਵਾਰ ਹੋਣ, ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕਰਨੀ ਬਣਦੀ ਆ। ਤੇ ਇਹਦੇ ਲਈ ਅਸੀਂ, ਮੈਂ ਸਮੁੱਚੇ ਵਾਲਮੀਕ ਸਮਾਜ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਇਸ ਪਰਿਵਾਰ ਨਾਲ ਖੜਨਾ ਚਾਹੀਦਾ, ਆ ਕੇ ਖੜੋ ਤੇ ਇੱਥੇ ਆ ਲਾਣ ਤਾਂ ਪਾਓ ਜਿਹੜੇ ਬੰਦਿਆਂ ਨੇ ਲਿਆ ਕੇ ਇੱਥੇ ਕੁਛ ਇਕਰਾ ਰਹੇ ਆ। ਜ਼ਿੰਮੇਵਾਰ ਕੌਣ ਹੈ ਸਾਰੀਆਂ ਘਟਨਾਵਾਂ ਦੇ? ਇਹ ਤਾਂ ਹਾਲੇ ਸ਼ੁਰੂਆਤਾਂ ਨੇ, ਦੇਖੀ ਜਾਓ ਅੱਗੇ ਕੀ ਹੁੰਦਾ। ਸੋ ਭਰਾਵੋ, ਤੁਹਾਨੂੰ ਖੜਨਾ ਚਾਹੀਦਾ ਤੇ ਅਸੀਂ ਪੰਜਾਬ ਪੁਲਿਸ ਨੂੰ, ਬਠਿੰਡਾ ਪੁਲਿਸ ਨੂੰ, ਬਠਿੰਡਾ SSP ਨੂੰ, SHO ਨੂੰ ਕਹਿਣਾ ਚਾਹੁੰਦੇ ਹਾਂ ਵੀ ਜੇ ਇਸ ਮਸਲੇ ਦਾ ਹੱਲ ਨਾ ਹੋਇਆ, ਇਹ ਬੰਦੇ ਨਾ ਫੜੇ ਗਏ, ਇਹ ਸੰਸਕਾਰ ਨਹੀਂ ਹੋਊਗਾ। ਲੈ ਸਾਰੇ, ਤੁਸੀਂ ਹੁਣ ਸਾਰੇ ਵਾਲਮੀਕ ਸਮਾਜ ਬੈਠੇ ਹੋ, ਮਾਵਾਂ ਭੈਣਾਂ ਬੈਠੀਆਂ, ਤੁਸੀਂ ਸਾਰੇ ਬੈਠੇ ਹੋ, ਤੁਸੀਂ ਮੁੜ ਕੇ ਕਹਿ ਰਹੇ ਸਾਨੂੰ ਪੁਲਿਸ ਨੇ ਆ ਕੇ ਦਬਾਅ ਪਾਇਆ, ਕੀ ਤੁਸੀਂ ਚਾਹੁੰਦੇ ਆ ਵੀ ਉਹ ਕਾਤਲ ਜਿਹੜੇ ਤਿੰਨ ਕਤਲ ਕਰਕੇ ਫੜੇ ਜਾਣੇ ਚਾਹੀਦੇ ਆ? ਬਾਬਰ ਇਸ ਗੱਲ ਤੇ ਰਹੇ ਹੁਣ, ਕਿਤੇ ਇਹ ਨਾ ਹੋ ਜਾਵੇ ਤੁਸੀਂ ਆ ਕੇ ਪੁਲਿਸ ਦਬਾਅ ਪਾ ਦੇ, ਕੋਈ ਹੋਰ ਗੱਲਬਾਤ ਕਰ, ਤੁਸੀਂ ਕਹਿੰਦੇ ਸੰਸਕਾਰ ਕਰ ਦਿੰਦੇ ਆ ਜੀ, ਜਿੰਨਾ ਚਿਰ ਕਾਤਲ ਫੜੇ ਨਹੀਂ ਜਾਂਦੇ ਸੰਸਕਾਰ ਤੇ ਸਹਿਮਤ ਹੋ ਬਾਈ? ਬੇਬੇ ਬੈਠੀ ਆ, ਬਾਈ ਦੱਸੋ ਭਾਈ ਮੁੰਡੇ ਦੀ ਮਾਤਾ ਕਿਹੜੀ ਹੈ? ਚਲੋ ਇਹਦਾ ਵਿਚਾਰੀ ਬੋਲਣ ਦੇ ਯੋਗ ਹੀ ਨਹੀਂ ਹੈਗੀ, ਨੌਜਵਾਨ ਪੁੱਤ ਜਿਹਦਾ 21 ਸਾਲ ਦਾ ਪੁੱਤ ਮਰ ਗਿਆ, ਉਦੋਂ ਵਿਚਾਰੀ ਕੀ ਦੱਸੂਗਾ, ਸਾਨ ਮਾਰੇ ਪਏ ਆ। ਆ ਬਾਕੀ ਤੁਸੀਂ ਸਾਰੇ ਇੱਥੇ ਜ਼ਿੰਮੇਵਾਰ ਬੰਦੇ ਸਮਾਜ ਦੇ ਬੈਠੇ ਹੋ, ਤੁਸੀਂ ਇਹ ਤੈਅ ਕਰ ਲਓ ਵੀ ਜਿੰਨਾ ਚਿਰ ਕਾਤਲ ਫੜੇ ਨਹੀਂ ਜਾਂਦੇ, UP ਚੋਂ ਲੱਭ ਕੇ ਲਿਆਉਣੇ, ਬਿਹਾਰ ਚੋਂ ਲਿਆਉਣੇ, ਬੰਦੇ ਫੜੇ ਜਾਣੇ, ਤਿੰਨ ਤੀਜੇ ਕਾਤਲ ਚ ਬੰਦੇ ਜ਼ਿੰਮੇਵਾਰ ਨੇ।